ਤੱਕ ਪਾਣੀ ਵੜੀ ਜਾਂਦਾ, ਤਰੇੜਾ ਹੀ ਜਾਂਦਾ, ਮੋਟਰਾਂ ਵਿੱਚ ਤਰੇੜਾ ਆ ਗਈਆਂ। ਸਾਨੂੰ 2 ਘੰਟੇ ਹੋ ਗਏ ਆਪ ਹੀ ਅਸੀਂ ਪਾਣੀ ਦਾ ਨਿਕਾਸ ਕੱਢੀ ਜਾਂਦੇ ਹਾਂ, ਪਰ ਪ੍ਰਸ਼ਾਸਨ 2 ਘੰਟੇ ਹੋ ਗਏ ਕੋਈ ਵੀ ਇੱਥੇ ਮੁਲਾਜ਼ਮ ਨਹੀਂ ਆਇਆ। ਤੇ ਬੰਦੇ ਬੰਦੇ ਪਾਣੀ ਹੋ ਗਿਆ, ਇਹਦਾ ਸਰਕਾਰ ਹੋਊਗੀ ਜ਼ਿੰਮੇਵਾਰ। ਇਹ ਹੁਣੇ ਜੀ ਥੋੜੇ ਸਮਾਂ ਪਹਿਲੇ ਇੱਧਰ ਇਨਫੋਰਮੇਸ਼ਨ ਮਿਲੀ ਕਿ ਸੂਬਾ ਟੁੱਟ ਗਿਆ, ਮੌਕੇ ਤੇ ਆਏ ਹਾਂ। ਸ਼੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ਤੋਂ ਲੰਘਦੇ ਸੂਏ ਦੇ ਵਿੱਚ ਅੱਜ ਤੜਕਸਾਰ ਤੇਜ਼ ਬਾਰਿਸ਼ ਦੇ ਕਾਰਨ ਪਹਾੜ ਪੈ ਗਿਆ। ਸੂਏ ਦੇ ਵਿੱਚ ਪਹਾੜ ਪੈਣ ਦੇ ਕਾਰਨ ਨਾਲ ਲੱਗਦੇ ਮੁਹੱਲਿਆਂ ਦੇ ਖੇਤਾਂ ਦੇ ਵਿੱਚ ਕਰੀਬ 2-3 ਫੁੱਟ ਪਾਣੀ ਭਰ ਗਿਆ, ਜਿੱਥੇ ਹੀ ਨਾਲ ਲੱਗਦੇ ਘਰਾਂ ਦੇ ਲੋਕਾਂ ਨੇ ਇਸ ਸੂਏ ਦੇ ਵਿੱਚ ਪਏ ਪਹਾੜ ਨੂੰ ਭਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਤੇਜ਼ ਵਹਾਅ ਦੇ ਕਾਰਨ ਪਾਣੀ ਘਰਾਂ ਦੇ ਵਿੱਚ ਜਾ ਵੜਿਆ। ਉੱਥੇ ਹੀ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਸੂਏ ਨੂੰ ਪੱਕਾ ਨਹੀਂ ਕੀਤਾ ਗਿਆ, ਜਿਸ ਦੇ ਕਾਰਨ ਇਹ ਪਹਿਲਾਂ ਵੀ ਕਈ ਵਾਰ ਟੁੱਟ ਚੁੱਕਿਆ ਤੇ ਹੁਣ ਤੇਜ਼ ਬਾਰਿਸ਼ ਦੇ ਨਾਲ ਇਸ ਦੇ ਵਿੱਚ ਪਾੜ ਪੈ ਗਿਆ। ਮੱਲਾ ਟੁੱਪ ਗਿਆ, ਸਾਡਾ ਤਾਂ ਬੁਰਾ ਹਾਲ ਆ, ਪੈਚੇ ਟਿੱਕੀ ਜਾਂਦੇ ਕੱਸੀ ਤੋਂ, ਉਧਰੋਂ ਕੱਸੀ ਟੁੱਟ ਗਈ ਹੈਗੀ ਆ, ਲੜਾਈ ਦਾ ਅਸੀਂ ਹੁਣ ਜਵਾਕਾਂ ਲੈ ਕੇ ਕਿੱਧਰ ਜਾਈਏ ਅਸੀਂ, ਪਾਣੀ ਬੜੀ ਜਾਂਦਾ, ਤਰੇੜਾ ਹੀ ਜਾਂਦਾ, ਮੋਟਰਾਂ ਵਿੱਚ ਤਰੇੜਾ ਆ ਗਈਆਂ, ਅਸੀਂ ਕਿੱਥੇ ਲੈ ਕੇ ਜਾਈਏ ਜਵਾਕਾਂ ਨੂੰ। ਅਬੇ ਕੀ ਨਾਮ ਤੁਹਾਡਾ, ਕਿਹੜਾ ਮੱਲਾ ਇਹ? ਜਸਪਾਲ ਸਿੰਘ ਜੀ। ਤੁਹਾਡਾ ਕਿਹੜਾ? ਗੋਲਡਨ ਵਸਤੀ। ਕੀ ਪਾਣੀ ਕਿੰਨਾ ਕੁ ਆ ਗਿਆ ਜੀ? ਪਾਣੀ ਬਹੁਤ ਆ ਗਿਆ ਜੀ, ਸਾਰਾ ਮੱਲਾ ਡੁੱਬ ਗਿਆ, ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਮੰਨ ਕੇ ਚੱਲੋ ਵੀ ਸਾਰੀ ਪੈਲੀਆਂ ਪੂਲੀਆਂ ਸਾਰੇ ਵਿੱਚੋਂ ਪਾਣੀ ਆ ਕੇ ਸਾਡੇ ਘਰ ਬਾਰ ਨੂੰ ਸਾਰਿਆਂ ਨੂੰ ਨੁਕਸਾਨ ਹੈ। ਕੀ ਮੰਗ ਕਰਦੇ ਹੋ? ਮੰਗ ਇਹੀ ਹੈ ਜੀ, ਪਾਣੀ ਬੰਦ ਹੋਵੇ, ਜੋ ਸਾਡਾ ਵੀ ਜੋ ਵੀ ਪਾਣੀ ਹੈ ਇਹਦਾ ਵਿਕਾਸ ਹੋਵੇ, ਪਾਣੀ ਇੱਥੋਂ ਨਿਕਲਦਾ ਹੋਵੇ। ਮੇਰਾ ਨਾਮ ਮਹਿੰਦਰ ਚੌਧਰੀ, MC ਵਾਰਡ ਨੰਬਰ 28। ਅੱਜ ਸਾਡੇ 7 ਵਜੇ ਸੂਆ ਟੁੱਟਿਆ ਜੀ, ਸਾਨੂੰ 2 ਘੰਟੇ ਹੋ ਗਏ ਆਪ ਹੀ ਅਸੀਂ ਪਾਣੀ ਦਾ ਨਿਕਾਸ ਕੱਢੀ ਜਾਂਦੇ ਹਾਂ, ਪਰ ਪ੍ਰਸ਼ਾਸਨ 2 ਘੰਟੇ ਹੋ ਗਏ ਕੋਈ ਵੀ ਇੱਥੇ ਮੁਲਾਜ਼ਮ ਨਹੀਂ ਆਇਆ, ਅਤੇ ਸੂਬਾ ਪਾਣੀ ਜਿਹੜਾ ਸਾਡੀ ਸਾਰੀ ਬਸਤੀ ਡੁੱਬ ਜੂਗੀ। ਨਿੱਕੇ ਨਿੱਕੇ ਜਵਾਕ ਹੈ ਜੀ, ਪ੍ਰਸ਼ਾਸਨ ਅੱਗੇ ਬੇਨਤੀ ਹੈ ਵੀ ਆ ਕੇ ਸੂਬਾ ਬੰਦ ਕਰਨ, ਜੋ ਘਰਾਂ ਦਾ ਬਚਾਅ ਹੋ ਸਕੇ, ਅਤੇ ਸਾਡੇ ਨਿੱਕੇ ਨਿੱਕੇ ਬੱਚੇ ਡੁੱਬ ਜਾਣਗੇ ਪਾਣੀ 'ਚ, ਅਤੇ ਜਾਨੀ ਨੁਕਸਾਨ ਹੋ ਸਕਦਾ ਜੀ। ਘਰ ਡਿੱਗਣ ਵਾਲਾ ਜਮਾ ਹੋ ਗਿਆ, ਤੇ ਬੰਦੇ ਬੰਦੇ ਪਾਣੀ ਹੋ ਗਿਆ, ਇਹਦਾ ਸਰਕਾਰ ਹੋਊਗੀ ਜ਼ਿੰਮੇਵਾਰ। ਜਨਤਾ ਨਾਲ ਲਾਦੇ ਮੁੰਡੇ ਜੀ ਆਈ ਜਾਂਦੇ ਆ, ਨਾਲ ਗੱਟੇ ਗੁੱਟੇ ਲੈਣ ਭੇਜਤੇ ਮੈਂ, ਪਾਣੀ ਦੇ ਭਰ ਕੇ ਮਿੱਟੀ ਦੇ ਲਵਾ ਦਿੰਦੀ। ਸਾਨੂੰ 2 ਘੰਟੇ ਹੋ ਗਏ ਆਪ ਹੀ ਅਸੀਂ ਪਾਣੀ ਦਾ ਨਿਕਾਸ ਕੱਢੀ ਜਾਂਦੇ ਹਾਂ, ਪਰ ਪ੍ਰਸ਼ਾਸਨ 2 ਘੰਟੇ ਹੋ ਗਏ ਕੋਈ ਵੀ ਇੱਥੇ ਮੁਲਾਜ਼ਮ ਨਹੀਂ ਆਇਆ। ਤੇ ਬੰਦੇ ਬੰਦੇ ਪਾਣੀ ਹੋ ਗਿਆ, ਇਹਦਾ ਸਰਕਾਰ ਹੋਊਗੀ ਜ਼ਿੰਮੇਵਾਰ। ਇਹ ਹੁਣੇ ਜੀ ਥੋੜੇ ਸਮਾਂ ਪਹਿਲੇ ਇੱਧਰ ਸ਼੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ਤੋਂ ਲੰਘਦੇ ਸੂਏ ਦੇ ਵਿੱਚ ਅੱਜ ਤੜਕਸਾਰ ਤੇਜ਼ ਬਾਰਿਸ਼ ਦੇ ਕਾਰਨ ਪਹਾੜ ਪੈ ਗਿਆ। ਸੂਏ ਦੇ ਵਿੱਚ ਪਹਾੜ ਪੈਣ ਦੇ ਕਾਰਨ ਨਾਲ ਲੱਗਦੇ ਮੁਹੱਲਿਆਂ ਦੇ ਖੇਤਾਂ ਦੇ ਵਿੱਚ ਕਰੀਬ 2-3 ਫੁੱਟ ਪਾਣੀ ਭਰ ਗਿਆ, ਜਿੱਥੇ ਹੀ ਨਾਲ ਲੱਗਦੇ ਘਰਾਂ ਦੇ ਲੋਕਾਂ ਨੇ ਇਸ ਸੂਏ ਦੇ ਵਿੱਚ ਪਏ ਪਹਾੜ ਨੂੰ ਭਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਤੇਜ਼ ਵਹਾਅ ਦੇ ਕਾਰਨ
ਪਾਣੀ ਘਰਾਂ ਦੇ ਵਿੱਚ ਜਾ ਵੜਿਆ। ਉੱਥੇ ਹੀ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਸੂਏ ਨੂੰ ਪੱਕਾ ਨਹੀਂ ਕੀਤਾ ਗਿਆ, ਜਿਸ ਦੇ ਕਾਰਨ ਇਹ ਪਹਿਲਾਂ ਵੀ ਕਈ ਵਾਰ ਟੁੱਟ ਚੁੱਕਿਆ ਅਤੇ ਹੁਣ ਤੇਜ਼ ਬਾਰਿਸ਼ ਦੇ ਨਾਲ ਇਸ ਦੇ ਵਿੱਚ ਪਾੜ ਪੈ ਗਿਆ। ਮੱਲਾ ਡੁੱਬ ਗਿਆ ਸਾਡਾ, ਸਾਡਾ ਤਾਂ ਬੁਰਾ ਹਾਲ ਆ। ਪੈਦੇ ਟਿੱਕੀ ਜਾਂਦੇ ਕੱਸੀ ਤੋਂ, ਉਧਰੋਂ ਕੱਸੀ ਟੁੱਟ ਗਈ ਹੈਗੀ ਆ। ਲੜਾਈ ਦਾ ਅਸੀਂ ਹੁਣ ਜਵਾਬ ਕਰ ਲੈ ਕਿੱਧਰ ਜਾਈਏ ਅਸੀਂ। ਪਾਣੀ ਬੜੀ ਜਾਂਦਾ, ਤਰੇੜਾ ਹੀ ਜਾਂਦਾ, ਕੋਠੇ ਨੂੰ ਤਰੇੜਾ ਆ ਗਈਆਂ, ਅਸੀਂ ਕਿੱਥੇ ਲੈ ਕੇ ਜਾਈਏ ਜਵਾਕਾਂ ਨੂੰ। ਅਬੇ ਕੀ ਨਾਂ ਤੁਹਾਡਾ, ਕਿਹੜਾ ਮੱਲਾ ਇਹ? ਜਸਪਾਲ ਸਿੰਘ ਜੀ। ਤੁਹਾਡਾ ਕਿਹੜਾ? ਗੋਲਡਨ ਬਸਤੀ। ਕੀ ਪਾਣੀ ਕਿੰਨਾ ਆ ਗਿਆ ਜੀ? ਪਾਣੀ ਬਹੁਤ ਆ ਗਿਆ ਜੀ, ਸਾਰਾ ਮੱਲਾ ਡੁੱਬ ਗਿਆ, ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਮੰਨ ਕੇ ਚੱਲੋ ਵੀ ਸਾਰੀ ਪੈਲੀਆਂ ਪੂਲੀਆਂ ਸਾਰੇ ਵਿੱਚੋਂ ਪਾਣੀ ਆ ਕੇ ਸਾਡੇ ਘਰ ਬਾਰ ਨੂੰ ਸਾਰਿਆਂ ਨੂੰ ਨੁਕਸਾਨ ਹੈ। ਕੀ ਮੰਗ ਕਰਦੇ ਹੋ? ਮੰਗ ਇਹੀ ਹੈ ਜੀ, ਪਾਣੀ ਬੰਦ ਹੋਵੇ, ਜੋ ਸਾਡਾ ਵੀ ਜੋ ਵੀ ਪਾਣੀ ਹੈ ਇਹਦਾ ਵਿਕਾਸ ਹੋਵੇ, ਪਾਣੀ ਇੱਥੋਂ ਨਿਕਲਦਾ ਹੋਵੇ। ਮੇਰਾ ਨਾਮ ਮਹਿੰਦਰ ਚੌਧਰੀ, MC ਵਾਰਡ ਨੰਬਰ 28। ਆਪ ਜੋ ਸਾਡੇ 7 ਵਜੇ ਸੂਆ ਟੁੱਟਿਆ ਜੀ, ਸਾਨੂੰ 2 ਘੰਟੇ ਹੋ ਗਏ, ਆਪ ਹੀ ਅਸੀਂ ਪਾਣੀ ਦਾ ਨਿਕਾਸ ਕੱਢੀ ਜਾਂਦੇ ਹਾਂ, ਪਰ ਪ੍ਰਸ਼ਾਸਨ 2 ਘੰਟੇ ਹੋ ਗਏ ਕੋਈ ਵੀ ਇੱਥੇ ਮੁਲਾਜ਼ਮ ਨਹੀਂ ਆਇਆ, ਅਤੇ ਸੂਆ ਪਾਣੀ ਜਿਹੜਾ ਸਾਡੀ ਸਾਰੀ ਬਸਤੀ ਡੁੱਬ ਜੂਗੀ। ਨਿੱਕੇ ਨਿੱਕੇ ਜਵਾਕ ਹੈ ਜੀ, ਪ੍ਰਸ਼ਾਸਨ ਅੱਗੇ ਬੇਨਤੀ ਹੈ ਵੀ ਆ ਕੇ ਸੂਆ ਬੰਦ ਕਰਨ, ਜੋ ਘਰਾਂ ਦਾ ਬਚਾਅ ਹੋ ਸਕੇ, ਅਤੇ ਸਾਡੇ ਨਿੱਕੇ ਨਿੱਕੇ ਬੱਚੇ ਡੁੱਬ ਜਾਣਗੇ ਪਾਣੀ 'ਚ, ਅਤੇ ਜਾਨੀ ਨੁਕਸਾਨ ਹੋ ਸਕਦਾ ਜੀ। ਘਰ ਡਿੱਗਣ ਵਾਲਾ ਜਮਾਂ ਹੋ ਗਿਆ, ਤੇ ਬੰਦੇ ਬੰਦੇ ਪਾਣੀ ਹੋ ਗਿਆ, ਇਹਦਾ ਸਰਕਾਰ ਹੋਊਗੀ ਜ਼ਿੰਮੇਵਾਰ। ਸਾਡਾ ਮਕਾਨ ਸਰ ਇਹ ਕਦੋਂ ਟੁੱਟਿਆ ਜੀ? ਇਹ ਹੁਣੇ ਜੀ, ਥੋੜ੍ਹੇ ਸਮਾਂ ਪਹਿਲਾਂ ਇੱਧਰ ਇਨਫੋਰਮੇਸ਼ਨ ਮਿਲੀ ਸੀ ਕਿ ਸੂਬਾ ਟੁੱਟ ਗਿਆ, ਮੌਕੇ 'ਤੇ ਆਏ ਹਾਂ ਅਤੇ ਥਰੂ PCR ਸਾਡੇ ਜੀ ਮੌਕੇ 'ਤੇ ਮਹਿਕਮੇ ਨੂੰ, ਡਿਪਾਰਟਮੈਂਟ ਨੂੰ, ਇਹਨਾਂ ਦੇ ਨੂੰ ਕਰਾ ਦਿਓ ਬਸ ਕਰਾਉਣ ਜੀ। ਜਨਤਾ ਨਾਲ ਲਾਤੇ ਮੁੰਡੇ ਜੀ ਆਈ ਜਾਂਦੇ ਆ, ਨਾਲ ਗੱਟੇ ਗੁੱਟੇ ਲੈਣ ਭੇਜ ਤੇ ਮੈਂ ਪਾਣੀ 'ਤੇ ਭਰ ਕੇ ਮਿੱਟੀ 'ਤੇ ਲਵਾ ਦਿੰਦੀ ਹਾਂ।